ਇਹਨੂੰ ਹੱਥ ਪਵਾ ਆ ਲੈ ਦੇ ਕੋਈ ਨਹੀਂ ਕਰ ਰਿਹਾ ਚੱਲ ਤਾਂ ਹੋ ਗਿਆ ਘਰ ਦੇ ਇਹਨਾਂ ਨੂੰ ਪਰਾਂ ਯਾਰ ਮੈਂ ਸਿਲੰਡਰ ਚੱਕ ਲੈਣਾ ਤਾਂ ਉਹ ਦਿੱਲੇ ਹਾਂ ਆ ਟਰੈਕਟਰ ਆਪਾਂ ਜਦੋਂ ਜੱਸਾ ਟਰੈਕਟਰ ਚਲਾਉਣ ਸਿੱਖਿਆ ਜੀ ਮੈਂ ਲਿਆ ਕਿਤੇ ਜੀ ਇਹ ਮੋਦਰ ਲੈ ਕੇ ਜਾਊਗਾ ਲੈ ਜਾ ਜਵਾਖਾਂ ਨੂੰ ਦੇ ਦਾਂਗੇ ਇੱਧਰ ਰੱਖ ਦੇ ਵਾਲੇ ਪਾਸੇ ਰੱਖ ਲੈ ਜੀ ਆਪਣੇ ਵਾਲੇ ਪਾਸੇ ਆ ਲੈ ਚੱਕ ਫਿਰ ਸਿਲੰਡਰ ਬਦਲੇ ਮੈਨੂੰ ਢੋਲ ਦਿੱਤਾ ਤੁਹਾਨੂੰ ਮੈਂ ਦਾਣੇ ਵਾਲਾ ਛੱਡ ਗੱਗਾ ਲੈ ਅਸੀਂ ਪਰ ਰੱਖ ਦੀਆ ਟਰਾਲੀ ਜਾ ਸਮਾਨ ਜਾ ਹੈ ਲੈ ਤਾਂ ਚੱਲ डूड़ भी ना हो गया वो ना बा मरे साले घोड़ी आले आए जी घरे पई दी मदा वो भी जट दी है डब्बे डुब्बे भी जट गया मदा ਕੀ ਕਰਕੇ ਦਾ ਕਾਣੂ ਦਾ ਪੀਤੀਆ ਦਾ ਰੂਈ ਭੁੱਕੀ ਮੁੱਕੀ ਹੋਈ ਆ ਗੱਲ ਤਾਂ ਹੋਰ ਲੱਗਦੀ ਆ ਵਿੱਚੋਂ ਕੋਈ ਹੈ ਤਾਂ ਇੱਥੋਂ ਕੀ ਪਰਦਾ ਵਾ ਜਾਨੀ ਜਾਣਾ ਹੈ ਮਰੇ ਸਾਲ ਦੀ ਉਮਰ ਹੁੰਦੀ ਜਾਂਦੀ ਐ ਚਿੱਟੇ ਆ ਗਏ ਇੱਕ ਬੂਟਾ ਲਾਇਆ ਦੀ ਆਪਦੇ ਹੱਥੀ ਭਾਗੂਆ ਮਾਂ ਭੈਣ ਨਹੀਂ ਮਰਾ ਗਿਆ ਬੁਢਾਪੇ ਜਾ ਕੇ ਫਲ ਦਊ ਆਪਾਂ ਨੂੰ ਐ ਭੈਣ ਦਾ ਕਿਹੜਾ ਅੰਬ ਲਾ ਲਿਆ ਗਾ ਚਰਨੋ ਚਰਨੋ ਜਵਾਨੀ ਪੈਰ ਮਹਾ ਜਾ ਠੀਕ ਆ ਭਾਈ ਜਦੋਂ ਬੁੜੇ ਹੋ ਗਏ ਰੋਟੀ ਟੁੱਕ ਦੂ ਮੇਰੇ ਨਾਲ ਖੜੂ ਮੂੰਹ ਫੇਰ ਗਈ ਹੈ ਤੈਨੂੰ ਮੈਂ ਇੱਕ ਗੱਲ ਦੱਸਾਂ ਹੈ ਤੈਨੂੰ ਅਸਲ ਗੱਲ ਹੀ ਨਹੀਂ ਪਤਾ ਹੈ ਸਾਰੀ ਅੱਗ ਇਹ ਤੂੰ ਤੇਰੀ ਮਾਂ ਦੀ ਲਾਈ ਹੋਈ ਹੈ ਮੈਂ ਉੱਥੀ ਦੀ ਆਹਾ ਉਹੀ ਆ ਭੈਣ ਦੇਣੇ ਦੀ ਬੋਲੀ ਜੀ ਹੈ ਇਹ ਭੈਣ ਨੂੰ ਮਰਾ ਗਿਆ ਭਾਗੋ ਮੈਂ ਹੁੰਦਾ ਨਾ ਤੇਰੀ ਥਾਂ ਤਾਂ ਦੋ ਮਾਰ ਕੇ ਰੱਖਣੇ ਮੇਰੇ ਸਲੀ ਨੂੰ ਸਿੱਧੀ ਕਰ ਲੈਂਦਾ ਲੋਟ ਨਹੀਂ ਕਰੀ ਜਾਂਦੀ ਦੱਸੋ ਯਾਰ ਵਜੀਤਾ ਮੇਰਾ ਹੀ ਬਹੁਤ ਕਰਦਾ ਇਹ ਉਂਗਲਾਂ ਲਾਈ ਜਾਂਦੇ ਕਦੇ ਤਾਂ ਜੱਸੇ ਦੀ ਬਹੂ ਦੇ ਉਂਗਲ ਠੋਕਤੀ ਹੈ ਕਦੇ ਕਿਹਦੇ ਉਂਗਲ ਲਾਉਂਦੇ ਕਾਲੂ ਹੈ ਉਹ ਜਨਰਲ ਨੂੰ ਦੱਸਦਾ ਘਰੇ ਮਹਿੰਦਰ ਆਇਆ ਮਹਿੰਦਰ ਨੂੰ ਕਹਿੰਦੀ ਤੇਰੀ ਤੀਵੀਂ ਗਲਤ ਹੈ ਚੱਲ ਤੇ ਵੀਰੇ ਨਾਲ ਸੌਂਗਾ ਚਰਨ ਨੂੰ ਦੇ ਕਹਿੰਦੀ ਕਹਿੰਦੀ ਭਾਈ ਤੂੰ ਗਲਤ ਆ ਉਹਦੇ ਨਾਲ ਹੈ ਉਹ ਤਾਂ ਤਪ ਗਈ ਵੀ ਇਹਨੇ ਵੀਰੇ ਨੇ ਰੌਲਾ ਪਾਤਾ ਇਹ ਕਾਣੂ ਕਬੈੜੀ ਜਨਾਨੀ ਹੈ ਹਰਦੀ ਨਹੀਂ ਹੈਗੀ ਸ਼ਿਆ ਇਹਦੀਆਂ ਉਂਗਲਾਂ ਲਾਈਆਂ ਹੋਈਆਂ ਨੇ ਮਰੇ ਸਾਲੇ ਦੀਆਂ ਜੀਤਾ ਆਹੀ ਤਾਹੀ ਚਰਨ ਮੈਂ ਕਹਾਂ ਚਰਨੋ ਰੱਗ ਕਿਵੇਂ ਬਟਾ ਗਈ ਚਰਨੋ ਤਾਂ ਇਹ ਹੋਈ ਨਹੀਂ ਬਟਾਉਂਦੀ ਡਰ ਗਈ ਇੱਜ਼ਤ ਪਿੱਛੋਂ ਸਭ ਡਰਦੇ ਨੇ ਹੈ ਸਾਰਾ ਕੁਝ ਚੱਲਦਾ ਅੱਜ ਕੱਲ ਚੋਰੀਆਂ ਛਪੋਰੀਆਂ ਚੱਲਦਾ ਵੱਡੇ ਵੱਡੇ ਲੀਡਰ ਵੀ ਕਰਦੇ ਨੇ ਯਾਰ ਤੂੰ ਦੇਖ ਲੈ ਯਾਰ ਕਿਹਦੀਆਂ ਕਰਦਾ ਤੂੰ ਜੱਸੇ ਦੀ ਸੱਸ ਨੂੰ ਤਾਂ ਮੈਂ ਕਰੂੰ ਸੈੱਟ ਮਾਸੀ ਆ ਪਤਾ ਨਹੀਂ ਕੀ ਆ ਇਹ ਮੇਰੇ ਸਾਲੇ ਦੀ ਕੀ ਕਰਦੇ ਵੀ ਢੂਕਣਾ ਤੋੜਦਾ ਮੈਂ ਢੂਕਣਾ ਨਹੀਂ ਤੋੜਦਾ ਭਾਗੂ ਆ ਮੈਂ ਢੂਕਣਾ ਨਹੀਂ ਤੋੜਦਾ ਵੀ ਆਪਣੇ ਹਵਾ ਕਰਜੇ ਲਾਣ ਤਾਂ ਫਿਰ ਬੰਦੇ ਤੇ ਯਾਰ ਮੈਂ ਚੁੱਪ ਕਿਹੜੀ ਗੱਲ ਤੋਂ ਮੈਨੂੰ ਆਇਆ ਵੀ ਜਵਾਕ ਦਾ ਘਰ ਨਾ ਟੁੱਟ ਜੇ ਕਿਤੇ ਮੈਂ ਬਸਾਉਂ ਕਰਤਾ ਮੈਂ ਬਸਾਉਂ ਮੈਂ ਤਾਂ ਚੁੱਪ ਕਰਦਾ ਵੀ ਚੱਲ ਕੋਈ ਗੱਲ ਨਹੀਂ ਆਪਦਾ ਭਾਂਡਾ ਠੀਕ ਕਰ ਵੰਡ ਲਾਂਗੇ ਨਿਬੜ ਜੂ ਕੰਮ ਹੈ ਮੈਂ ਤਾਂ ਕਹਿੰਦਾ ਸੀ ਕਾਣੂ ਕਾਣੂ ਰਿਸ਼ਤੇਦਾਰ ਨਹੀਂ ਆ ਰਿਸ਼ਤੇਦਾਰ ਨਹੀਂ ਇਹਨੂੰ ਮੈਂ ਦਿਖਾਉਂ ਵੀਰੇ ਦੇ ਰੰਗ ਹੁਣ ਤੂੰ ਦੇਖਦਾ ਜਾ ਭਾਗੂਆ ਲੈ ਮਿੱਤਰਾ ਆਹ ਘਰ ਹੈ ਹਵਾਦਾਰ ਘਰ ਹੈ ਖੁੱਲਮ ਖੁੱਲਾ ਭੈਣ ਦਾ ਸਰਨ ਸਰਨ ਹਵਾ ਆਉਂਦੀ ਹੈ ਨਾ ਕਿਸੇ ਦੀ ਹੈ ਨਾ ਕਿਸੇ ਦੀ ਖੈ ਖਾ ਖੇਤਾਂ 'ਚ ਘਰ ਹੈ ਹੋ ਤਾਂ ਵਧੀਆ ਮਕਾਨ ਹੈ ਭਾਈ ਤਾਜ਼ਾ ਰੰਗ ਮਾਰਿਆ ਅਗਲੇ ਨੇ ਤਾਜ਼ਾ ਰੰਗ ਹੈ ਆਹ ਖੇਲ ਹੈ ਓਟਾ ਓਟਾ ਮੜਾ ਬਾਹਰ ਜਾ ਟੁੱਟਾ ਹੋਇਆ ਲਵਾ ਦੀ ਮਾਰਦਾ ਕੋਈ ਨਾ ਟਮਾਟਰ ਚੱਲਦੀ ਹੈ ਹੈ ਚੱਲਦਾ ਹੈ ਸਾਰਾ ਕੁਝ ਆ ਭਾਈ ਆ ਗਿਆ ਹਰਾ ਪੱਕਾ ਹਰਾ ਆ ਗਿਆ ਹਾਂ ਹਰ ਖੁੱਲੀ ਰਸੋਈ ਆ ਗਈ ਬਾਹਰ ਉਹਦਾ ਚੁੱਲਾ ਦੇ ਕੈਸਾ ਸੋਹਣਾ ਹੈ ਸਵਾਤਾਂ ਕਹਿੰਦੇ ਓਏ ਸਵਾਤਾਂ ਦਿਓ ਦੋ ਸਵਾਤਾਂ ਨੇ ਹਾਂ ਆ ਇੱਕ ਅੰਦਰ ਬਣਾਤੀ ਰਸੋਈ ਭਾਈ ਅੱਛਾ ਹੈ ਤੇ ਦੁਬਾਰਾ ਹੈ ਹੈ ਚਮਾਰਾ ਹੋਈ ਉੱਤੇ ਦੁਬਾਰਾ ਹਰਾ ਰੇਟ ਮੁੱਲ ਬੜੀ ਕੀ ਕਹਿੰਦਾ ਇਹ ਕਿਰਾਏ ਕਰੂ ਇਥੇ ਕਹਿੰਦਾ ਪਸੰਦ ਕਰ ਤੂੰ ਪਸੰਦ ਕਰ ਘਰ ਤਾਂ ਪਸੰਦ ਆ ਬਾਹਰ ਬਾਹਰ ਹੈ ਹਾਂ ਇਹ ਤੂੜੀ ਦੱਪੇ ਵਾਲਾ ਡੰਗਰ ਵਾਲਾ ਅੱਛਾ ਰੱਖਣੇ ਹੋਏ ਡੰਗਰ ਰੱਖ ਲਈ ਭਾਈ ਭਰਜਾਈ ਨੂੰ ਪੁੱਛ ਲਈ ਕੀ ਕਹਦੀ ਆ ਹੋ ਝੋਟੀਆਂ ਰੱਖਾਂਗੇ ਹਾਂ ਅੱਛਾ ਬਾਹਰ ਲੈ ਖੜੋ ਇਹ ਘਰ ਆ ਭਾਈ ਤੇਰੇ ਸਾਹਮਣੇ ਆ ਨਾ ਤਾਂ ਇੱਥੇ ਕੋਈ ਬੰਦਾ ਆਵੇ ਨਾ ਆਵੇ ਕੋਈ ਪਰਿੰਦਾ ਮੈਨੂੰ ਐ ਦੱਸ ਹਾਂ ਘਰ ਦਾ ਮੁੱਲ ਬੜੀ ਕੀ ਕਹਿੰਦਾ ਇਹ ਮਾਤਾ ਤੈਨੂੰ ਆਏਗਾ ਨਾ ਭਾਗੂਆ ਤੂੰ ਪੱਲਾ ਉਰੇ ਰਹਿ ਲੈ ਦੋ ਤਿੰਨ ਮਹੀਨੇ ਰਹਿ ਲਾ ਆਪਾਂ ਕਿਰਾਇਆ ਦੇ ਦਾਂਗੇ ਜੇ ਤੇਰਾ ਲੱਗਾ ਚਿੱਤ ਫਿਰ ਮੁੱਲ ਕਰ ਲਾਂਗੇ ਹੋ ਕੀ ਕਹਿੰਦਾ ਮਣੀ ਰਾਮ ਚਲੋ ਹੈ ਪੈਸੇ ਹੁਣ ਕਿਰਾਇਆ ਕਰੂਗਾ ਕੀ ਕਹੂਗਾ ਮਹੀਨੇ ਕਦਾ ਮੈਂ ਆਪੇ ਕਰ ਲੂ ਕੋਈ ਨਾ ਉੱਥੇ ਲਾ ਗਏ ਮੇਰਾ ਹੱਥ ਤੰਗ ਹੈ ਜੀ ਮੈਂ ਦੇ ਦੂੰ ਕੋਈ ਨਾ ਆਪਾਂ ਇਹਦੇ ਚਾਰ ਕੁ ਪੈਸੇ ਮੇਰੇ ਕੋਲ ਘਰੇ ਮੈਂ ਦੇ ਦੂੰਗਾ ਮੈਂ ਭਾਜਦਾ ਦੇ ਦੋ ਭਾਗੂਆ ਕੈਸੀਆਂ ਬਾਤਾਂ ਕਰਦਾ ਤੂੰ ਹੈ ਪਿੰਕੀ ਪੁੰਕੀ ਹੈ ਵਧੀਆ ਸਾਰਾ ਕੁਛ ਹੈ ਲੈ ਗਿਆ ਸਮਾਨ ਸਮੂਨ ਜਾ ਇਹਦੇ ਨਾਲ ਕਰ ਪੱਕੀ ਗੱਲ ਮੈਂ ਕਰ ਲਾਂ ਮੈਂ ਇਹਨੇ ਮੇੜ ਦਾ ਸਾਡੇ ਵਾਲੇ ਨਾਲ ਭਾਂਡੇ ਠੀਕ ਕਰਦਾ ਮੇੜ ਦਾ ਹਾਂ ਆਹ ਕਰ ਲਾ ਹਾਂ ਅੱਜੇ ਚੱਕ ਭਾਂਡੇ ਭਾਂਡੇ
ਮੈਂ ਕਰਦਾ ਫਿਰ ਸੌਦਾ ਇਹਨਾਂ ਨਾਲ। हेलो, हाँ हाँ भैने ठीक है, कपड़े जो धोई आती सी मैं। हाँ हाँ बस तेन पता ही टाइम लग गया हूँ ना। ना भैने तेन पता तो है मैनू कितने बाहर निकल दिंदा, होर जान तो मैं बग जाती। ना ना जाया नहीं जाना, मैं तेन भला जवाब दिता पहला किसी काम नू। हाँ हाँ वो तो ठीक है, नहीं मैं भी यही कहती सी चल मैं हाँ मेरी आदत हूँ जो ठीक हो जू मैं तो आप ना बैठा जाए ना उठा जाए। हाँ हाँ ना ना कोई ना जान तो बग जाती, नहीं नहीं मैं जवाब दिंदी सी। चल चंगा फिर ठीक है। किसका फोन थी? ये तो शिंदर का फोन सी। शिंदर का कहनू दी देख के कटता मैनू। ਲੈ ਦੇਖ ਲੈ ਸ਼ਿੰਦਰ ਦਾ ਫੋਨ ਸੀਗਾ ਉਹ ਹੀ ਨਾ ਭੌਂਕੀ ਜਾਇਆ। ਦੇਖ ਕੇ ਕਿਉਂ ਕੱਟਿਆ ਮੈਨੂੰ ਤੈ? ਲੈ ਹੁਣ ਸਾਡੇ ਗੱਲ ਹੋ ਗਈ, ਮੈਂ ਦੇਖ ਕੇ ਕੱਟਿਆ ਬਣਾ ਤੈਨੂੰ। ਜਿਆਦੇ ਨਾ ਤੂੰ ਉਹ ਕਰ, ਮੈਨੂੰ ਸਾਰਾ ਪਤਾ ਤੇਰਾ, ਵੀਰੇ ਦਾ ਆਇਆ ਹੂ ਫੋਨ ਹੈ ਕਿ ਬੇ ਸ਼ਿੰਦਰ ਦਾ ਆਇਆ ਸੀ ਦੇਖ ਲੈ ਨੰਬਰ ਕੱਢ ਕੇ ਵਿੱਚੋਂ ਉਹੀ ਨੇ ਬੋਲਦੇ ਹੁੰਦੇ ਕੋਈ ਤਾਂ ਪਿਆ ਤਾਂ ਆਈ ਆਉਂਦਾ ਬਾਹਰੋਂ ਫੇਰਾ। ਚਲ ਚਾਹ ਬਣਾ ਕੁੱਟ। ਹੁਣ ਤੈਨੂੰ ਜਿੰਨਾ ਰੇ ਪਾਉਣ ਗਿਆ ਸੀ ਤੈਨੂੰ ਪਿਆਈ ਨਹੀਂ ਉਹਨਾਂ ਨੇ? ਨਾ ਫਿਰ ਉਹ ਝਾੜੀ ਰਹਿ ਗਈ ਹਜੇ, ਹੁਣ ਛੱਟ ਕੇ ਵੀ ਆਇਆ ਰੇ ਬੱਟੋ ਬੱਟ ਠੰਡ ਚੜ ਗਈ ਮੈਨੂੰ ਤਾਂ। ਮੇਰੇ ਕੱਪੜੇ ਧੋਤੇ ਜਾਂਦੇ। ਚਲ ਬਣਾ ਦੇਣੀ ਹੈ ਉਹ ਤਾਂ ਬਣੀ ਪਈ ਹੈ ਸੱਚ ਚਾਹ ਤਾਂ ਅੰਦਰ, ਮੈਂ ਆਪਦੀ ਬਣਾਈ ਸੀ। ਚਲ ਆ ਵੀ ਸੱਟ ਕੇ ਆਉਣਾ ਫਿਰ ਮੁਖਤਿਆਰ ਕਮੋ ਕੇ ਇੱਕੋ ਹੀ ਰਹਿ ਗਿਆ। ਅੰਦਰੋਂ ਪਾ ਲੈ ਤੂੰ ਗਲਾਸ ਚ ਚਾਹ। ਕਦੋਂ ਕੁਦੀ ਬਣਾਈ ਆ ਬੇ? ਮੈਂ ਤਾਂ ਹੁਣੀ ਬਣਾਈ ਸੀ, ਮੇਰਾ ਕਿਹੜਾ ਪੀਣ ਦਾ ਟਾਈਮ ਲੱਗਿਆਗਾ। ਚਲ ਤੂੰ ਪੀ ਲੈ। ਲੈ ਕਹਿੰਦਾ ਵੀਰੇ ਦਾ ਫੋਨ ਸਾਰਾ ਦਿਨ ਨਾ ਬਸ ਲੋਕਾਂ ਦੇ ਚੱਕਾਂ ਤੇ ਚੜਿਆ ਰਹਿੰਦਾ ਹੈਗਾ, ਜਿਵੇਂ ਲੋਕ ਕਹੀ ਜਾਂਦੇ ਬਸ ਉਹੀ ਕੁਛ ਬੋਲੀ ਜਾਊਗਾ, ਉਹੀ ਕੁਛ ਬੋਲੀ ਜਾਊ। ਚੱਕਾਂ ਦੇ ਕੋਈ ਨਹੀਂ, ਸਭ ਪਤਾ ਮੈਨੂੰ ਕਹਿੰਦੇ ਨੇ ਲੋਕ। ਜਨਾ ਖੜਾ ਇਹੀ ਗੱਲ ਕਹਿੰਦਾ ਮੈਨੂੰ। ਫਿਰ ਓਵੀਂ ਮਗਰ ਲੱਗ ਜਾ ਕਰ ਹਨਾ, ਮਗਰ ਲੱਗ ਜਾ ਕਰ। ਮੇਰੀ ਗੱਲ ਸੁਣ, ਤੈਨੂੰ ਆਪਦੀ ਤੀਵੀਂ ਤੇ ਯਕੀਨ ਨਹੀਂ ਹੈਗਾ? ਭੋਰਾ ਵੀ ਯਕੀਨ ਨਹੀਂ। ਯਕੀਨ ਕਿੰਨਾ ਕਿ ਕਰੀ ਜਾਵਾਂ ਸਾਲਾ, ਜਿਹੜਾ ਦੇਖ ਜਵਾਕ ਤੋਂ ਲੈ ਬੁੱਢੇ ਤੱਕ ਸਾਰੇ ਰੋਕ ਕੇ ਕਹਿੰਦੇ ਨੇ ਮੈਨੂੰ ਤੇਰੀ ਤੀਵੀਂ ਗਲਤ, ਤੇਰੀ ਤੀਵੀਂ ਗਲਤ। ਭੋਲਾ ਨਾ ਬਣ, ਤੈਨੂੰ ਜਾਨ ਜਾਨ ਸੇੜਦੇ ਨੇ, ਨਾ ਭੋਲਾ ਬਣਿਆ ਕਰ ਤੂੰ। ਤੂੰ ਛੱਡਦੀ ਐ, ਤੂੰ ਛੱਡਦੀ ਐ ਵੀਰੇ ਨਾਲ ਜਾ ਕੇ, ਮੈਨੂੰ ਪਤਾ। ਵੇਖ ਜਾਉਂਦੇ ਨੇ, ਖਜਾਉਂਦੇ ਨੇ, ਕਿਉਂ ਬਦਲੇ ਲੈਣਾ ਖਜਾਉਂਦੇ ਨੇ, ਖਜਾਉਂਦੇ ਨੇ। ਪੀ ਲੈ ਪੀ ਲੈ ਹੁਣ ਚਾਹ। ਕੀ ਕਹਿੰਦੀ ਸੀ ਹੁਣ ਜਿਹਦਾ ਫੋਨ ਆਇਆ ਸੀ? ਵੀ ਉਹ ਤਾਂ ਸ਼ਿੰਦਰ ਦਾ ਫੋਨ ਸੀਗਾ, ਉਹ ਤਾਂ ਐਂ ਕਹਿੰਦੀ ਸੀ, ਉਹਦੇ ਨਾਲ ਟੂਈ ਜੀ ਹਿੱਲ ਗਈ, ਟੂਈ ਦੁਖਦੀ ਆ, ਕਹਿੰਦੀ ਸਨਾਮ ਜਾਇਆ ਉਹਨੇ ਬਸੰਤ ਹਸਪਤਾਲ 'ਚ। ਮੈਂ ਕਿਹਾ ਭਾਈ ਮੈਥੋਂ ਤਾਂ ਜਾਇਆ ਨਹੀਂ ਜਾਣਾ। ਕਿਉਂ? ਉਹਨਾਂ ਦੇ ਮਰ ਗਏ ਸਾਰੇ ਦਾ ਸੁੱਖ ਨਾਲ ਵਧੀਆ ਟੱਬਰਾਂ ਉਹਨਾਂ ਦਾ, ਕਿਸੇ ਨੂੰ ਹੋਰ ਲੈ ਜੇ। ਵੀ ਐਂ ਕਿਉਂ ਬੋਲਦਾ? ਭੈਣਾਂ ਭੈਣਾਂ ਵਾਂਗੂ ਵਰਤਦੀਆਂ ਸੀ ਪਹਿਲੇ ਦਿਨੋਂ, ਨਾਲੇ ਇੱਕੋ ਪਿੰਡ ਦੀਆਂ, ਨਾਲੇ ਉਹਨੂੰ ਤਾਂ ਮੈਂ ਹੀ ਕਿਹਾ ਸੀਗਾ, ਤਾਂ ਹੀ ਉਹਨੇ ਮੈਨੂੰ ਫੋਨ ਲਾ ਲਿਆ। ਤੈਂ ਕਿਉਂ ਕਹਿਤਾ ਉਹਨੂੰ? ਵੀ ਮੇਰੇ ਵੀ ਇੱਥੋਂ ਦੁਖਦੀ ਆ ਹਤੋਂ ਜੀ, ਮੈਂ ਤਾਂ ਕਹਿਤਾ, ਮੈਨੂੰ ਲੱਗਦਾ ਨਾ ਸਰਮਾਈਕਲ ਹੋ ਰਿਹਾ ਹੈਗਾ। ਕਿਤੇ ਹੋਰ ਨਾ ਸਰਮਾਈਕਲ, ਇਹਦਾ ਨਾੜਾਂ 'ਚ ਹਵਾ ਭਰ ਜਾਂਦੀ ਹੈ ਕੰਮ ਕਰਦੇ ਹੋਏ। ਲੈ ਮੈਂ ਦੇਖਾਂ। ਮੈਥੋਂ ਨਾ ਉੱਠਿਆ ਜਾਂਦਾ ਨਾ ਬੈਠਿਆ ਜਾਂਦਾ, ਦੇਖ ਮਾੜੀ ਜੀ। ਕਿਤੇ ਹੋਰ ਨਾ ਸਰਮਾਈਕਲ, ਸੋਫੀ ਹੁੰਦਾ ਤਾਂ ਮੈਂ ਦੇਖ ਵੀ ਲੈਂਦੀ। ਸੋਫੀ ਨੂੰ ਕੀ ਆ, ਸਾਰੀ ਸੁਰਤ ਹੁੰਦੀ ਆ ਮੈਨੂੰ ਜੇ ਦੱਸੇ। ਆ ਚੀਜ਼ ਇੱਥੋਂ ਵਾਲੀ ਲੈ ਉਰੋ। ਹਾਂ ਹਾਂ, ਲੈ ਹਵਾ ਭਰਦੀ ਆ। ਵੀ ਹਾਂ ਹੀ ਨਾੜ ਦੁਖਦੀ ਐ, ਇਹਦਾ ਹਵਾ ਹੈਗੀ। ਤੂੰ ਤਾਂ ਉਹੀ, ਤੈਨੂੰ ਕਿਸੇ ਨੇ ਵਹਿਮ ਪਾਦਾ, ਇਹ ਕੋਈ ਨਹੀਂ ਸਰਮਾਈਕਲ ਆ, ਸਰਮਾਈਕਲ ਹੁੰਦਾ। ਸਰਮਾਈਕਲ ਜੇ ਬਾਹਰੇ ਚੱਲ ਰਹੇ ਨੇ ਹੁਣ ਤਾਂ, ਮੈਂ ਦੱਬ ਦਿੰਦਾ ਲੈ, ਦੇਖ ਰਾਮ ਜਾਉਂਦਾ। ਹੇ ਰਾਮ ਤਾਂ ਆਉਂਦਾ, ਇੰਨਾ ਕਿੱਥੇ ਰਾਮ ਆਉਂਦਾ, ਇਹ ਤਾਂ ਪੈਣ ਵੇਲੇ ਪਤਾ ਲੱਗਦਾ, ਇਹ ਤਾਂ ਪਿਆ ਨਹੀਂ ਜਾਂਦਾ ਕਿਸੇ ਪਾਸੇ ਵੀ। ਕਿੰਨੇ ਕੁ ਵਜੇ ਕਹਿੰਦੀ ਆ ਜਾਣ ਨੂੰ? ਉਹ ਤਾਂ ਕਹਿੰਦੀ ਬਸ ਆ, ਮੇਰੇ ਤਾਂ ਲੀੜੇ ਜੇ ਧੋਣ ਵਾਲੇ ਸੀਗੇ, ਉਹ ਤਾਂ ਵਿਚਾਰੀ ਤਿਆਰ ਬੈਠੀ ਆ, ਕਹਿੰਦੀ ਹੁਣ ਬਗ ਚੱਲਦੀ ਆ। ਭੈਣ ਬਣਾ ਕੇ ਲੀੜੇ ਤੂੰ ਦਿਖਾਇਆ, ਜਾਇਆ ਡਾਕਟਰ ਕੋਲੇ। ਵੇ ਦਿਖਾ ਤਾਂ ਮੈਂ, ਫਿਰ ਚਾਰ ਪੈਸੇ ਵੀ ਹੋਣੇ ਚਾਹੀਦੇ ਹੱਥ 'ਚ। ਪੈਸੇ ਨੂੰ ਕੀ ਆ, ਲੈ ਮਿਲਵੇ ਹੈਗੇ ਆ ਥੋੜੇ ਮੋਟੇ, ਲੈ ਜਾ ਤੂੰ ਦਿਖਾਇਆ ਤੂੰ ਪੈਸੇ। ਲੈ ਹੁਣ ਰੇ ਸੱਟ ਕੇ ਆਇਆ। ਅੱਛਾ ਦੇ ਤੇ ਉਹਨਾਂ ਨੇ, ਦੇ ਤੇ ਨਾਲ ਨਾਲ ਆ ਇੱਕ ਰਹਿ ਗਿਆ, ਹੁਣ ਇਹ ਵੀ ਸੱਟ ਕੇ ਪੈਸੇ ਉਹਦੀ ਫੜ ਲਿਓ। ਇਹ ਚੱਲ ਵਧੀਆ ਤੂੰ ਫੜ ਲਿਆ ਆ, ਹੋਰ ਵਿਚਾਰੀ ਆਖੂ ਦੇਖੀ ਮੈਨੂੰ ਜਵਾਬ ਦਿੰਦੀ ਹੈਗੀ। ਨਾ ਬਗ ਜਾ, ਲੈ ਫੜ ਆ, ਲੈ ਜਾ ਵਧੇ ਘਟੇ ਉੱਥੋਂ ਲੈ ਲਈ ਤੋੜੇ ਥੱਲੇ ਪਏ ਨੇ। ਜੇ ਆਏ ਪੈਸੇ ਲਿਆ ਲਿਆ ਫੜਾਵੇ, ਮੈਂ ਕਿਹਦੇ ਲੈਣ ਦੇਣੀ ਆ। ਚਰਨੂ ਸਿਆਣੇ ਸੱਚ ਕਹਿੰਦੇ ਨੇ, ਘਰ ਦੀ ਛੱਤ ਬਾਲਿਆਂ ਤੇ ਖੜੀ ਹੁੰਦੀ ਆ, ਤੇ ਘਰ ਦੀ ਇੱਜ਼ਤ ਜਨਾਨੀ ਦੇ ਮੋਢਿਆਂ ਤੇ। ਮੇਰਾ ਤਾਂ ਬਥੇਰਾ ਜੀ ਕਰਦਾ, ਪਰ ਜਦੋਂ ਆ ਲੋਕ ਗੱਲਾਂ ਸੁਣਾਉਂਦੇ ਨੇ ਮੈਨੂੰ ਟਕੇ ਟਕੇ ਦੀਆਂ, ਵੀ ਤੇਰੀ ਜਨਾਨੀ ਐ ਤੇਰੀ ਐ, ਫੇਰ ਮੈਂ ਭੜਕਦਾ। ਤੂੰ ਨਾ ਭੜਕਿਆ ਕਰ, ਉਹ ਲੂਤੀਆਂ ਲਾਉਂਦੇ ਨੇ। ਰਹੀ ਗੱਲ ਵੀਰੇ ਦੀ, ਉਹ ਲੰਗੜੇ ਦੀ, ਮੈਂ ਤਾਂ ਭੈਣ ਦੇ ਖਸਮ ਦੀ ਮਕਾਨ ਨਾ ਜਾਵਾਂ ਉਹਦੀ, ਉਹੀ ਨਾ ਸ਼ੱਕ ਕਰੀ ਜਾਇਆ ਕਰ ਤੂੰ। ਸ਼ੱਕ ਕਰੀ ਜਾਇਆ, ਨਾਲੇ ਇੱਕ ਗੱਲ ਹੋਰ ਕਹਿਣੀ ਆ ਮੈਂ ਤੈਨੂੰ। ਹਾਂ ਆ ਤੂੰ ਜਿਹੜੀ ਦਾਰੂ ਪੀਣਾ ਨਾ, ਥੋੜੀ ਥੋੜੀ ਘਟਾ ਦੇ। ਆਹੋ ਦੇਖ ਲੈ, ਤੇਰੇ ਭਾਈ ਨੇ ਆਪਦਾ ਮੁੰਡਾ ਫੌਜ 'ਚ ਭਰਤੀ ਕਰ ਲਿਆ, ਦੇਖ ਲੈ ਰੰਗ ਲੱਗਿਆ ਪਿਆ ਘਰੇ।
पहले तोड़ जी नशा हो गया अज नी पीण दी लोड़ मिंदरा बकवास मारन की लोड़ नहीं है तेरह चौदह पंद्रह किथे मत्था मारा मेनु तो होर भी कम ने मासी तेनू मैं कदे परौंठे नहीं बना के खिलाए तू की परौंठिया ते मरी जानी तू परौंठे खाई जा ए साडा घर लुट के खाजू नहीं खादे पुत्र तू नहीं एज बना सकदी मास मासी तू भी जिधर देखिया उधर ही हो जानी तेरा भी मन बैठी है 15 lakh ਜਿਹੜਾ ਲੁੱਟ ਗਈ ਪਹਿਲਾਂ ਹੀ ਲੁੱਟ ਗਈ ਹੁਣ ਕੋਈ ਚੀਜ਼ ਨੂੰ ਹੱਥ ਲਾ ਕੇ ਦੇਖਦੇ ਹੁਣ ਤਾਂ ਚਮਚਾ ਨਹੀਂ ਘਰੋਂ ਲੈ ਕੇ ਜਾ ਸਕਦੇ ਚਲੋ ਪਾੜ ਦਾਂਗੇ ਹੁਣ ਦੇਖੇ ਲਾ ਕੇ ਹੱਥ ਆ ਪਹਿਲਾਂ ਹੀ ਖਾ ਗਈ ਖਾ ਲੈ ਮਸੀ ਤੂੰ ਪਰੌਂਠੇ ਖਾ ਲੈ ਤੈਨੂੰ ਸਵਾਦ ਲੱਗੀ ਜਾਂਦੇ ਆ ਤੂੰ ਵੀ ਇਹਦੀ ਹੋ ਕੇ ਬਹਿ ਗਈ ਹੋ ਗਈ ਯਾ ਚਰਨੋਂ ਨੂੰ ਹੁਣ ਬਦਲੇ ਗਈ ਚਰਨੋਂ ਕੁਝ ਹੋਰ ਹੋ ਗਈ ਅੱਖਾਂ ਗੈਰਾਂ ਨਾਲ ਲਾਈਆਂ ਚਿੱਤ ਚੋਰ ਹੋ ਗਈ ਪਹਿਲਾਂ ਹੱਸ ਕੇ ਬੁਲਾਉਂਦੀ ਹੁਣ ਅੱਖ ਨਾਰ ਲਾਉਂਦੀ ਕੱਥੋਂ ਸਿੱਖਿਆ ਨੀ ਚਾਰੇ ਨੂੰ ਤੈਂ ਵੀਰਾ ਤੜਫਾਉਣਾ ਭੁੱਲ ਜਾਣ ਵਾਲੀ ਨੀ ਤੈਨੂੰ ਮੱਥੇ ਵੀ ਨੀ ਲਾਉਣਾ ਕੋਈ ਨੀ ਜੀਂਦਾ ਹੈਗਾ ਬਾਪੇ ਕੀ ਤੋ ਚੁਕਾਵਾਂ ਪੰਡ ਚੱਲ ਦੇਖਦੀ ਆਪ ਹੀ ਬੁਆ ਕਿੱਧਰੋਂ ਆਉਂਦਾ ਹੈਗਾ ਉਹ ਚਾਰਨੋ ਠੀਕ ਆ ਹਟ ਜਾ अखा हो जा तू मेरी नफरत देखेगा मैं बढ़ा दू कोई ना गल कर मेरे ना मेरे गल कर मेन जवाब दे मेरे सवाल दे जवाब दे माड़ा करता भाई चल मेरी गल सुन फिर मैं तेरा की माड़ा किया सुना जिथे तू कह दी मैं उथे खड़ा जिथे तू कह दी बंदे ने करया होवे ना दोस्तों ना सामने वाला माड़ी कर दे फिर गच भरदा भरदा मैं भी तेरे को पहले बोली भज्जी आउंदी सी नंगे पैरी हां मैं की माड़ा करता मेरा भाई मैं तेरे लिए की नहीं कीता तू आए कह भी तेरा माड़ा कीता की नहीं रेडुआ च बुलाता होवे पोस्टर लाता होना
ਬੰਦੇ ਤਾਂ ਨਾ ਕਹਿੰਦੇ ਹੁੰਦੇ ਨਹਾਤੇ ਧੋਤੇ ਹੁੰਦੇ ਨੇ ਆ ਬਦਨਾਮ ਤਾਂ ਸਾਨੂੰ ਕਰਦੇ ਹੋ ਸਾਨੂੰ ਕਰਦੇ ਹੋ ਬਦਨਾਮ ਤੂੰ ਉਂਗਲਾਂ ਤੇ ਚੜ ਕੇ ਕਰਨੋ ਤੈਨੂੰ ਮਿਲ ਗਿਆ ਹੋਣਾ ਕੋਈ ਹੋਰ ਮਿਲ ਗਿਆ ਹੋਣਾ ਮੈਂ ਤਾਂ ਨਾ ਮੈਂ ਤਾਂ ਕੋਕਪੂਰ ਖਾ ਗਈ ਮੈਨੂੰ ਲੁੱਟ ਕੇ ਖਾ ਗਈ ਮੇਰਾ ਘਰ ਖਾ ਗਈ ਤੈਨੂੰ ਮੈਂ ਪਾ ਕੇ ਦਿੱਤਾ ਸਾਰਾ ਕੁਝ ਲੈਂਟਰ ਦੇ ਪੈਸੇ ਮੈਂ ਲੈ ਬਸ ਕਰ ਜਾ ਬਸ ਕਰ ਜਾ ਰਹਿੰਦੇ ਰਹਿੰਦੇ ਆ ਕੇ ਹੁਣ ਬਦਲ ਗਈ ਹੁਣ ਬਦਲ ਗਈ ਤੂੰ ਖਾ ਕੇ ਪੀਏ ਨੂੰ ਖਾ ਤਾਂ ਵੀ ਰੇ ਤੂੰ ਗਿਆ ਤੂੰ ਗਿਆ ਮੈਂ ਕੀ ਖਾ ਰਿਹਾ ਮੈਨੂੰ ਤੇ ਪਕਾਈ ਮਾਰਦਾ ਮੈਂ ਬਈ ਕੀ ਖਾ ਗਿਆ ਮੈਂ ਤੇਰਾ ਕੀ ਖਾ ਗਈ ਮੈਂ ਛੱਡਿਆ ਗਿਆ ਮੇਰਾ ਤੂੰ ਛੱਡਿਆ ਗਿਆ ਭਾਇਆ ਮੈਂ ਮੋਟਾ ਦੇ ਸਾ ਤੇ ਤੂੰ ਮੈਨੂੰ ਬਦਨਾਮ ਕਰਦਾ ਮਾੜਾ ਮੋਟਾ ਸੋਚਦਾ ਅਕਲ ਤਾਂ ਕੰਮ ਲੈਂਦਾ ਮੈਂ ਸੋਚਦਾ ਸੀ ਚਰਨੋ ਤੇਰੇ ਬਾਰੇ ਸੋਚਦਾ ਸੀ ਮੈਂ ਜਾਵੇ ਜਾਰ ਦਾ ਕੰਮ ਕਰ ਕੋਈ ਨਾ ਮੈਂ ਮੈਂ ਡੇਕਿਆ ਮੈਂ ਡੇਕਿਆ ਮੈਂ ਕੋਈ ਨਾ ਮੈਂ ਆਪੇ ਮਿੰਦਰ ਨੂੰ ਭੇਜ ਦੂੰਗੀ ਤੂੰ ਮੇਰੇ ਅੱਖਾਂ ਤੋਂ ਦੂਰ ਹੋ ਜਾ ਲਿਖਿਆ ਐ ਕਿਉਂ ਕਰਦੀਆਂ ਤੂੰ ਚੰਦਰੀਏ ਦਾ ਨਾ ਨਾ ਮੈਨੂੰ ਮੈਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਨਾ ਨਾ ਮੈਨੂੰ ਬੁਲਾਉਣ ਦੀ ਲੋੜ ਨਹੀਂ ਮੈਂ ਉਹੀ ਨਾ ਦਿਲ ਤੇ ਲਾਈ ਹਾਂ ਚਰਨੋ ਇਹ ਬਸ ਬਥੇਰੀ ਸੁਣਾਤੀ ਤੂੰ ਮੈਨੂੰ ਮੈਥੋਂ ਦੂਰ ਹੋ ਜਾ ਹੋ ਕੀ ਗਿਆ ਆਹ ਮੈਨੂੰ ਨਾ ਬੁਲਾਈ ਅੱਜ ਤੋਂ ਬਾਅਦ ਤੇਰੇ ਰਸਤੇ ਬੰਦ ਨੇ ਮੈਂ ਤੂੰ ਕਹਿ ਕੀ ਦਿੱਤਾ ਮੈਨੂੰ ਨਾ ਤੇਰੇ ਕੰਨੀ ਆਵਾਂ ਤੇ ਨਾ ਮੇਰੀ ਝਾਕ ਕਰੀ ਮੇਰੀ ਗੱਲ ਸੁਣ ਕੀ ਗੱਲ ਕੀ ਹੋ ਗਈ ਮੈਨੂੰ ਗੱਲ ਤਾਂ ਦੱਸ ਮੈਂ ਚੱਲ ਉਵੇਂ ਕਰ ਲੂ ਜਿਵੇਂ ਤੂੰ ਕਹੇਂਗੀ ਆ ਮੂੰਹ ਕਾ ਫੇਰ ਦੀ ਮੇਰੀ ਗੱਲ ਸੁਣ ਲੈ ਮੈਥੋਂ ਲੋਕਾਂ ਦੀਆਂ ਚੱਲੀਆਂ ਨਹੀਂ ਜਾਂਦੀਆਂ ਮੈਨੂੰ 100-100 ਕੁਛ ਬੋਲਦੇ ਨੇ ਤਾਂ ਭਾਵੇਂ ਯਾਰ ਨੇ ਲੋਕ ਤਾਂ ਬੋਲਣਗੇ ਲੋਕ ਮੈਨੂੰ ਕਹਿੰਦੇ ਨੇ ਮੈਂ ਤਾਂ ਕਦੇ ਲੋਕਾਂ ਦੀ ਸੁਣੀ ਨਹੀਂ ਭਾਈ ਨਾ ਤੂੰ ਬਦਨਾਮ ਕੀਤਾ ਜੇ ਥਾਂ ਥਾਂ ਤੇ ਭੰਡਿਆ ਤਾਂ ਹੀ ਮੇਰਾ ਤੇਰਾ ਨਾਂ ਲੈਂਦੇ ਨੇ ਮੇਰੇ ਕੋਲ ਭੀਰੇ ਵਾਲੀ ਵੱਜਦੀਆਂ ਮੈਂ ਮੈਨੂੰ ਵੀ ਨਾ ਸਾਰੇ ਚਰਨੋਂ ਦਾ ਬਰਾ ਫਰੈਂਡ ਕਹਿੰਦੇ ਨੇ ਸਾਰੇ ਮੈਂ ਤਾਂ ਕਦੇ ਕਿਸੇ ਨੂੰ ਕਿਹਾ ਨਹੀਂ ਜੇ ਗੱਲਾਂ ਦੱਸਣ ਤਾਂ ਹੀ ਕਹਿੰਦੇ ਨੇ ਮੈਂ ਕੀ ਬਦਨਾਮ ਕਰਤਾ ਤੈਨੂੰ ਹੈ ਬੇ ਬਸ ਰਹਿਣ ਦੇ ਬੰਦੇ ਤਾਂ ਫੇਰ ਨਾਤੇ ਧੋਤੇ ਹੋਏ ਜੇ ਹੁੰਦੇ ਨੇ ਬਦਨਾਮ ਤਾਂ ਸਾਡੇ ਵਰਗੀਆਂ ਜਨਾਨੀਆਂ ਹੁੰਦੀਆਂ ਨੇ ਹਾਂ ਮੈਂ ਕਾਲੂ ਦੇ ਭਾਪੇ ਨੂੰ ਭੇਜਦੀ ਆ ਲੋੜ ਨਹੀਂ ਮੇਰੀ ਪੰਡ ਨੂੰ ਹੱਥ ਲਾਉਣ ਦੀ ਹਰਾਮੀ ਕਿਸੇ ਥਾਂ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤਾਂ ਮੈਨੂੰ ਇੱਥੇ ਲੈ ਕੇ ਆਏ ਹੋ ਤਾਂ 24 ਘੰਟੇ ਮੇਰੇ ਨਾਲ ਰਿਹਾ ਕਰੋ ਨਹੀਂ ਤੇ ਮੈਂ ਇੱਥੇ ਇਕੱਲੀ ਨਹੀਂ ਘਰੇ ਰਹਿਣਾ ਹੁਣ ਤੈਨੂੰ ਮੈਂ 24 ਘੰਟੇ ਕਿੱਥੇ ਨਾਲ ਨਹੀਂ ਫਰੀ ਆ ਭਲਾ ਮੈਂ 100 ਕੰਮ ਕਰਨੇ ਨੇ ਲੋਕਾਂ ਦੇ ਘਰਾਂ 'ਚ ਜਾਣਾ ਕਈ ਵਾਰ ਖੇਤ ਬੰਨੇ ਜਾਣਾ ਹੁੰਦਾ ਮੈਨੂੰ ਪਤਾ ਕਿੰਨਾ ਕੁਛ ਗਲਤ ਬੋਲਦੇ ਨੇ ਤੁਹਾਡੇ ਮਗਰੋਂ ਗੰਦ ਤੋਂ ਬਿਨਾਂ ਨਹੀਂ ਬੋਲਦੇ ਮੈਨੂੰ ਤਾਂ ਬੋਲਿਆ ਮੇਰੀ ਮਾਂ ਨੂੰ ਵੀ ਬੋਲਦੇ ਨੇ ਕੋਈ ਘਰ ਦਾ ਹਿੱਲਾ ਕਰ ਲਓ ਮੈਂ ਨਹੀਂ ਰਹਿਣਾ ਇੱਦਾਂ ਮੇਰੀ ਗੱਲ ਸੁਣ ਘਰ ਮੈਂ ਦੇਖਿਆ ਆ ਬਾਹਰ ਬਾਹਰ ਘਰ ਆ ਖੇਤਾਂ 'ਚ ਲੋੜ ਹੀ ਨਹੀਂ ਪੈਣੀ ਆਪਾਂ ਨੂੰ ਰੰਗ ਰੋਗਣ ਕਰਾਇਆ ਸਾਰਾ ਕੁਛ ਹੈ ਆ ਮੈਂ ਤਾਂ ਵੀ ਰਾਤ ਨੇ ਜਾ ਕੇ ਨਿਬੇੜ ਦਾਂਗੇ ਸਾਰਾ ਕੁਛ ਨਹੀਂ ਮੈਂ ਤਾਂ ਨਾਲ ਹੀ ਜਾਊਂਗੀ ਕੋਈ ਗੱਲ ਨਹੀਂ ਤੂੰ ਸਭ ਟੈਨਸ਼ਨ ਕਿਉਂ ਲਈ ਜਾਂਦੀ ਹੈ ਤੂੰ ਐਂ ਦੱਸ ਮੰਮੀ ਜੀ ਨੂੰ ਫੋਨ ਕਰਤਾ ਜੇ ਮੈਂ ਪਹੁੰਚ ਗਈ ਇੱਥੇ ਕਿਤੇ ਉਹਨਾਂ ਬਜ਼ੁਰਗ ਟੈਨਸ਼ਨ ਲਈ ਹੈ ਹੁਣ ਹਾਂਜੀ ਮੰਮੀ ਨੂੰ ਕਰਤਾ ਸੀ ਫੋਨ ਜਾਂ ਤੂੰ ਫਿਕਰ ਨਾ ਕਰ ਮੇਰੀ ਪਿੱਠ ਪਿੱਛੇ ਤੈਨੂੰ ਮੇਰੇ ਬਾਰੇ ਵੀ ਬਹੁਤ ਮੰਦਾ ਚੰਗਾ ਬੋਲਣਗੇ ਭਾਗੂ ਐਂ ਇਹਨਾਂ ਦੀ ਗੱਲ 'ਤੇ ਅਸਰ ਨਾ ਕਰੀ ਮੇਰੀ ਮਾਂ ਨੂੰ ਪਤਾ ਕਿੰਨਾ ਗਲਤ ਬੋਲਦੇ ਨੇ ਕਦੀ ਕਿਸੇ ਦੇ ਨਾਂ ਨਾਲ ਜੋੜ ਦਿੰਦੀ ਹੈ ਕਦੀ ਕਿਸੇ ਪ੍ਰੀਤ ਤਾਂ ਹੁਣ ਐਡੀ ਸਿਰੇ ਚੜੀ ਪਈ ਹੈ ਛੱਡ ਪਰਾਂ ਤੈਨੂੰ ਤੂੰ ਆਪਦਾ ਹੱਥ ਦੋ ਤੜਕੇ ਅੰਦਰ ਬਹਿ ਜਾ ਕਰਦਾ ਤੈਂ ਕੀ ਲੈਣਾ ਮੈਂ ਹੱਲ ਕਰਾਇਆ ਪਿਆ ਕਰਦਾ ਉਹਦੀ ਮਾਸੀ ਜੀ ਨਹੀਂ ਖੈੜਾ ਛੱਡਦੀ ਬੋਲਣ ਲੱਗੀ ਦੇਖਦੀ ਨਹੀਂ ਗੀ ਤੁਸੀਂ ਘਰ ਦਾ ਛੇਤੀ ਹੀਲਾ ਕਰ ਲਓ ਕਰ ਲੈਣਾ ਸਾਰਾ ਬਾਹਰ ਫਿਰ ਵੀ ਲੋੜੀ ਨਹੀਂ ਦਿੱਤੇ ਜਾਓ ਮੈਂ ਦਵਾਈ ਜੀ ਲਿਆਵਾਂ ਡਾਕਟਰ ਦੇ ਮੇਰੇ ਧੱਫੜ ਦੇ ਹੋ ਗਏ ਕੰਦੇ ਦੇ ਪੱਟ ਤੇ ਖਾਸੇ ਕਿੰਨੀ ਕੁ ਦੇਰ ਤੱਕ ਆ ਜਾਓਗੇ ਆਉਣਾ ਆਇਆ ਮਰੇ ਸਾਲੇ ਵੀ ਮਰਾ ਗਿਆ ਮੇਰਾ ਪਤਾ ਘਰ ਉਜੜਿਆ ਪਿਆ ਮੈਂ ਦੱਸ ਬਾਈ ਥੋੜੀ ਜਾਇਆ ਜਾਂਦਾ ਭਾਈ ਉਹ ਭਾਈ ਮੈਥੋਂ ਤਾਂ ਆਪਦੇ ਨੀ ਭੈਣ ਤੋਂ ਯਾਰ ਸੂਤ ਆਉਂਦੇ ਮੇਰੀ ਤਾਂ ਆਪਦੀ ਤਾਣੀ ਉਲਝੀ ਪਈ ਆ ਤੂੰ ਮੈਂ ਦੱਸੂ ਤੈਨੂੰ ਤੂੰ ਐਂ ਕਰ ਹੋਏ ਹਰਮਣਾ ਬੋਤਲ ਲੈ ਕੇ ਆ ਓਏ ਓ ਰਹਿਣ ਦੇ ਕੱਲ ਪਹਿਲਾਂ ਵੀ ਉੱਥੇ ਮੂਤ ਚ ਡਿੱਗਿਆ ਪੀ ਕੇ ਦਾਰੂ ਬੜਾ ਪੈਰ ਦਾ ਖਸਮ ਕਹਦਾ ਮੈਂ ਮੂਤ ਚ ਡਿੱਗਿਆ ਪਈ ਹੋਰ ਕੌਣ ਸੀ ਇੱਥੇ
खेत नी आया तू कह दारू पी गया मूत च गिर गया मेरे साले तो तुसी बदनाम करा मेनु पिंड च सुनू दसा मैं बौला खबरदार जे पिंड च जाके किसी नू कहा बीबी रा दारू पी के डिगया गल्ला बना ला देने कंजर दे लबो मैं उरे बौड़े ही नहीं खेदा गल जी ने दसी किसी नु किते मेरा साला कोई रौला पा करदा क्यों तू तां मेरे कोल ही मुकरी जांदे चल चंगा हो जाती है बाद घाट बाद घाट हो जाती है बुढ़े शरीर ने हूं एक तो दिन आ नहीं मुस्क जी तो अज भी आने कपड़े इधर बस आलू मेरे साले ने सारा लूसन मत ता लूसन का टाइम है ये साला बावला हाँ भाई जसिया बुलाया अच फिर बोल बस तेन पति है जी ਬਾਕੀ ਭਾਈ ਤੇਰੀ ਮਰਜ਼ੀ ਆ ਕਿਉਂ ਮੈਂਬਰ ਸਾਹਿਬ ਉਹੀ ਤਾਂ ਗੱਲ ਹੈ ਨਾ ਨਾ ਨਮੇੜ ਦੋ ਜੀ ਕੰਮ ਅੱਜ ਬਸ ਮੇਰੀ ਗੱਲ ਸੁਣ ਤੂੰ ਪਹਿਲਾਂ ਤੁਹਾਡੇ ਲਾਣੇ 'ਚ ਨਹੀਂ ਕੋਈ ਹੋਇਆ ਅੱਡ ਫਿਰ ਤੂੰ ਉਹਨੇ ਛੋਟਾ ਜਿਹਾ ਹੁੰਦਾ ਸੀ ਜਦੋਂ ਤੇਰਾ ਬਾਪ ਮਰ ਗਿਆ ਤੀਆ ਉਹਨੇ ਤੂੰ ਉਹ ਗੋਦੀ ਚੱਕ ਚੱਕ ਕੰਮ ਨੂੰ ਪਾਲਿਆ ਤੈਨੂੰ ਇਹਨੇ ਹੂੰ ਉਧਰ ਨੇ ਕਾ ਮਾਰ ਤੂੰ ਹੂੰ ਉਹ ਤਾਂ ਗੱਲ ਠੀਕ ਹੈ ਮੈਂ ਮੰਨਦਾ ਜੀ ਫਿਰ ਹੁਣ ਜਦੋਂ ਬੰਦੇ ਦੇ ਲੱਛਣ ਹੀ ਨਹੀਂ ਸੁਧਰਦੇ ਦੱਸੋ ਮੈਂ ਕੀ ਕਰਾਂ ਉਹ ਤਾਂ ਅਸੀਂ ਕਹਿ ਦਾਂਗੇ ਉਹਨੂੰ ਕਹਿ ਸੁਣ ਲਾਂਗੇ ਇੱਕ ਵਾਰ ਹੋਰ ਕੋਈ ਪਿੰਡ 'ਚ ਚੱਲਦੀ ਆ ਸਾਡੇ ਨਾਲ ਲਾਉਂਦਾ ਸਾਨੂੰ ਮੂੰਹ ਕੋਈ ਉਹ ਤਾਂ ਗੱਲ ਤੇਰੀ ਮੰਨਦੇ ਆ ਵੀ ਮੂੰਹ ਨਹੀਂ ਲਾਉਂਦਾ ਰਿਸ਼ਤੇ ਤਾਂ ਸਾਡੇ ਨਹੀਂ ਆਉਂਦੇ ਇਹਦੇ ਲੱਛਣ ਕਰਕੇ ਬਸ ਲੱਛਣਾ ਕਰਕੇ ਚੱਲ ਯਾਰ ਉਹ ਤਾਂ 10 ਵਾਰ ਇਹਨੂੰ ਸਮਝਾਤਾ ਹੋਰ ਸਮਝਾ ਦਾਂਗੇ ਹਨਾ ਕਾਣੂ ਸਮਝਦਾ ਜੀ ਕਾਣੂ ਸਮਝਦਾ ਅਸੀਂ ਉਹਦੇ ਨਾਲ ਮਾਰ ਲਾਂਗੇ ਮੱਥਾ ਹੱਥ ਨੇ ਘੰਟਾ ਜੇ ਚੱਲਦਾ ਕਿੰਨੀ ਕੁ ਵਾਰ ਮਾਰੋਗੇ ਤੁਸੀਂ 20 ਵਾਰ ਪਹਿਲਾਂ ਮੈਂ ਮਾਰ ਲਿਆ ਮੱਥਾ ਆ ਗਿਆ ਲੈ ਕਰ ਲੈਣਾ ਗੱਲ ਤੇਰੇ ਸਾਹਮਣੇ ਹੋਰ ਇੱਕ ਵਾਰ ਦੇਖ ਲਈ ਅਸੀਂ ਹੋਰ ਪਾਸ ਵਧੀਆ ਹੋ ਠੀਕ ਹੈ ਮੈਂ ਹਾਂ ਠੀਕ ਵਧੀਆ ਵਧੀਆ ਤੂੰ ਸੁਣਾ ਹੋ दो रिश्तेदार साले सूले बच्चे आने लग जाना ਸੌਰੇ ਵਿੱਚ ਆਉਣ ਲੱਗ ਜੇ ਤਾਂ ਫਿਰ ਕੰਮ ਵਿਗੜ ਜਾਂਦਾ ਐ ਸਿੰਗੀਆਂ ਲਾਉਂਦਾ ਜੀ ਐ ਸਿੰਗੀਆਂ ਲਾਉਂਦਾ ਥੋੜੇ ਹੁੰਦਾ ਹੁੰਦਾ ਉਹਦਾ ਪਾਗੋ ਚਾਹੀਦਾ ਉਹ ਤਾਂ ਠੀਕ ਹੈ ਦਾ ਹੁਣ ਰਿਸ਼ਤੇਦਾਰ ਕਿੱਧਰ ਜਾਣ ਕਿੱਧਰ ਜਾਣ ਉਹ ਰਿਸ਼ਤੇਦਾਰ ਦੱਸਿਓ ਮੜਾ ਮੈਨੂੰ ਰਿਸ਼ਤੇਦਾਰ ਤਾਂ ਰਹੇ ਆਏ ਆ ਸਾਡੇ ਕਿਹੜਾ ਕੋਈ ਦਿਮਾਗ ਤਾਂ ਰਿਸ਼ਤੇਦਾਰੀ ਭਾਈ ਬਰਤਨ ਦੀ ਹੁੰਦੀ ਆ 2-4 ਦਿਨ ਦੀ ਹੁੰਦੀ ਆ ਮਹੀਨਿਆਂ ਦੀ ਹੁੰਦੀ ਆ ਬਾਹਰ ਕਰਕੇ ਕਿਹੜਾ ਕਰਦੇ ਹੁਣ ਬਾਹਰ ਕਰਕੇ ਕਰਦੇ ਨਹੀਂ ਠੀਕ ਆ ਬਸ ਕਰਤੀ ਔਖੀ ਆ 30 ਵਾਰੇ ਨਹੀਂ ਆਏ ਜੀ ਕੰਮ ਇਹਨੇ ਤੇਰਾ ਚੁੱਲ੍ਹਾ ਅੱਡਾ ਸਾਡਾ ਲਾਡਾ ਬਸ ਐ ਕਰ ਦੋ ਅੱਜ ਬੁਲਾ ਭਾਈ ਜੱਸੇ ਜਵਾਕਾਂ ਨੂੰ ਬੁਲਾਓ ਛੋਟਾ ਚੱਲ ਜੂਗਾ
ਮਗਰੋਂ ਜਵਾਕ ਫਿਰ ਕਾਂਡੀਆਂ ਬਾਟੀਆਂ ਪਿੱਛੇ ਲੜੀ ਜਾਂਦੇ ਨੇ ਬਾਅਦ लोग पढ़ते ने घर क्यों ने जनानिया लोग पढ़ते ने घर लक्षण पढ़ते ने जा मेरे कले कले हथी सोना कराया समान दसो फिर सांझा पहला सांझा समान भाई एक तो साडे कोले 11 तोले सोना अच्छा 5 तोले इनू पाया थी 5 तोले भाई मैं करवा दी ठीक है मेरे वेले करा दी अच्छा 3 तोले भाई बुढ़ी दे पई ने क्लिप दे रजिस्ट्री हुई हुई है ਤੇਰੇ ਨਾਂ ਤਾਂ ਕਰਾਈ ਦਿੱਤੀ ਨਾਲੇ ਰਜਿਸਟਰੀ ਹੋਈ ਰੋਲ ਤਾਂ ਕਰਾ ਰਹਿ ਗਿਆ ਕਾਣੂ ਆ ਜੀ ਚੱਲ ਲਿਖੋ ਯਾਰ ਉਹ ਵੀ ਲਿਖੋ ਦੇਖੀ ਕਿੰਨਾ ਇਹੋ ਕਾ ਬਿਸਵੇ ਹੈ ਪੰਜ ਬਿਸਵੇ ਹੈ 20 ਬਿਸਵੇ ਹੋ ਗਿਆ ਯਾਰ ਸਾਰਾ ਪੰਜ ਰੂੜੀ ਵਾਲਾ ਉਹ ਤਾਂ ਅੱਡ ਹੋ ਗਿਆ ਪੰਜ ਉਹ ਹੱਡ ਪੰਜ ਰੂੜੀ ਵਾਲਾ ਹੋ ਗਿਆ ਯਾਰ ਪੰਜ ਰੂੜੀ ਹੋ ਗਈ ਪੰਜ ਪਲਾਟ ਹੋ ਗਿਆ 10 ਬਿਸਵੇ ਦਾ ਘਰ 20 ਬਿਸਵੇ ਤੋਂ ਹੋ ਗਿਆ ਹਾਂ ਠੀਕ ਹੈ ਠੀਕ ਹੈ ਠੀਕ ਹੈ ਜਿਹੜੇ ਕੋਈ ਕੌਲੀਆਂ ਗਲਾਸ ਨੇ ਉਹ ਬੰਦ ਅੱਛਾ ਜਿੰਨੇ ਭਾਂਡੇ ਠੀਕਰ ਹੋਊਗਾ ਇਹਨੂੰ ਇਹਦੇ ਦੇ ਦੇ ਕੌਲੀ ਤੇ ਕੌਲੀ ਵੰਡ ਦੂੰ ਜਿਹੜੇ ਭਾਂਡੇ ਦੇ ਸੌਰਿਆਂ ਸੂਰਿਆਂ ਦਾ ਤਾਂ ਨਹੀਂ ਕੋਈ ਵਿੱਚ ਹੋਣੇ ਰਾਜ ਹੋਏ ਸਾਡੇ ਘਰ ਚ ਸੌਰੇ ਸੂਰਿਆਂ ਦਾ ਨਹੀਂ ਹੈਗਾ ਜੀ ਸੌਰੇ ਦਾ ਹਜੇ ਇਹਨੇ ਲਾਇਆ ਨਹੀਂ ਕੋਈ ਅੱਛਾ ਅੱਛਾ ਲਾਇਆ ਜੀ ਠੀਕ ਹੈ ਹੋਰ ਪੈਸਾ ਟੁਕਰ ਸਾਂਝਾ ਤੁਹਾਡਾ ਬੈਂਕ ਕਿਤੇ ਜਾਊਗਾ ਮੋਟਰ ਸਾਈਕਲ ਜਿਹੜਾ ਉਹ ਮੇਰਾ ਜੀ ਅੱਛਾ ਹਾਂ ਮੋਟਰ ਸਾਈਕਲ ਸੌਰਿਆਂ ਦਾ ਮੇਰਾ ਜੀ ਉਹ ਠੀਕ ਹੈ ਪੈਸੇ ਦੱਸ ਦਿੰਦਾ ਜੀ ਪਹਿਲਾਂ ਸਾਡੀ ਉਧਰ ਜ਼ਮੀਨ ਆ ਗਈ ਜੀ ਰੋਡ ਚ 50 ਲੱਖ ਰੁਪਏ ਮਿਲਿਆ ਸੀਗਾ ਅੱਛਾ ਠੀਕ ਹੈ ਨਾ 15 ਲੱਖ ਰੁਪਿਆ ਇਹ ਆਪ ਲੈ ਗਿਆ ਸੀਗਾ ਇਹਦੀ ਘਰ ਵਾਲੀ ਲੈ ਗਈ ਸੀ ਉਹਦਾ ਇਹਨਾਂ ਨੇ ਮੈਨੂੰ ਮੁਸ਼ਕ ਨਹੀਂ ਕੱਢਿਆ ਹਲੇ ਤੱਕ ਉਹ ਦੇਖੋ ਹੁਣ ਕਿੱਧਰ ਹੈ ਦੇਖ ਭਾਈ ਹੁਣ ਕੀ ਕਰਨਾ ਹੈ ਉਹ ਤਾਂ ਫਿਰ ਇਹਦੇ ਖਾਤੇ 'ਚ ਜਾਊਗਾ ਹੁਣ ਜਦੋਂ ਇਹ ਦੇਗਾ ਉਹ ਕਰਿਆ ਕਿਉਂ ਯਾਰ ਹੁਣ ਆਇਆ ਖਾਤੇ 'ਚ ਕਿਵੇਂ ਜਾਊਗਾ ਜਿਹੜਾ ਇਹਦਾ ਸਾਲਾ ਖਾਂਦਾ ਰਿਹਾ ਘਰ ਉਹ ਕਿੱਧਰ ਜਾਊਗਾ ਕਮਾਉਂਦਾ ਵੀ ਰਿਹਾ ਜੀ ਉਹ ਹੈ ਕਮਾਉਣ ਨੂੰ ਬੜਾ ਖਾੜੇ ਲਾਉਂਦਾ ਰਿਹਾ ਉਹ ਸਾਲ ਹੋਇਆ ਸਾਲੇ ਦੂਰੇ ਇਹਨੂੰ ਕਿੰਨਾ ਖਾ ਗਿਆ ਉਹ ਬਾਹਰ ਗਏ ਸੀ 15 ਲੱਖ ਰੁਪਏ ਤਾਂ ਨਹੀਂ ਖਾ ਗਿਆ ਹੋਊਗਾ ਸਾਲਾ ਤੇ ਖਾ ਗਿਆ ਹੋਊਗਾ ਨਹੀਂ ਜਿਹੜਾ ਤੇਰੇ ਸਾਲੇ ਨੂੰ ਬਾਹਰੋਂ 15 ਲੱਖ ਰੁਪਏ ਖਰਚ ਕੇ ਲਿਆਂਦਾ ਹੈ ਮੋੜ ਕੇ ਲਿਆਂਦਾ ਹੈ ਉਹ ਆਪਦੇ ਪੱਲੋਂ ਤਾਂ ਲਾਏ ਨੇ ਮੈਂ बाहर गए 1400 रुपए की रोटी भाई लै रोटियां भी ला ला हूं तू जोड़े ने की कर तीन किले मेनू पता वा कही टब्बा चक चके मारदा तू अच्छा हो गया भाई मंजे किन्ने मंजे ने अपने भाई मंजे किन्ने ने आही ने दो हैं दो के होने चार ने चार मंजे कर ले यार दो अंदर ने चार ने पांच ने पांच ला ले चला दो लोहे दे ले ਤੁਸੀਂ ਹੁਣ ਪਿੱਛੇ ਦੇ ਪੰਜ ਮੰਜੇ ਨੇ ਭਾਈ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਈਡਾਂ ਦੀ ਜੋੜੀ ਇੱਕ ਭਾਈ ਉਹ ਸਾਡੀ ਅੱਧੀ ਅੱਧੀ ਕਰਦੇ ਤਾਂ ਅੱਧੀ ਅੱਧੀ ਕਿੱਥੋਂ ਕਰਦੇ ਸਹੁਰੇ ਨੇ ਦਿੱਤੀ ਆ ਮੇਰੇ ਨੇ ਉਹ ਤਾਂ ਇਹਦੇ ਸਹੁਰੇ ਨੇ ਦਿੱਤੀ ਆ ਉਹਨੇ ਲੱਗ ਦਿੱਤੀ ਓਏ ਉਹ ਕਿਵੇਂ ਹੋਊ ਅੱਧੀ ਆ ਬਾਗੂਆ ਤਾਂ ਇਹਦਾ ਸਹੁਰਾ ਚ ਕੋਈ ਨਾ ਉਹ ਹੀ ਮਰੀ ਜਾਂਦਾ ਉਹਨੇ ਨਹੀਂ ਕਮੈਂ ਅੱਛਾ ਉਹ ਡੇਹਾ ਵਾਲਾ ਉਹ ਆਪਣੇ ਉਹ ਬੰਡ ਸਾਡਾ ਪੱਖਾ ਹੈਗਾ ਜੀ ਇਹ ਤਾਂ ਫਿਰ ਹੋਈ ਹੋਇਆ ਹੈਗਾ ਇਹਦਾ ਕੀ ਵੰਡੋਗੇ ਹੁਣ ਕੂਲਰ ਇਹਨਾਂ ਦਾ ਪੱਖਾ ਇਹਦਾ ਹੈਗਾ ਹਾਂ ਠੀਕ ਹੈ ਹਾਂ ਇਨਵਰਟਰ ਸਾਡਾ ਹੈਗਾ ਮੈਂ ਲਿਆ ਸੀਗਾ ਐਮਰਾਉਂਡ ਦਾ ਅੱਛਾ ਇਹਨੂੰ ਦੇ ਦੋ ਦੇ ਜੇ ਇਹ ਕਿੱਥੋਂ ਲਿਆ ਜੀ ਹੁਣ ਇਹ ਤਾਂ ਰੱਬੇ ਜਾਣਦਾ ਕਿੱਥੋਂ ਆਏ ਤੇ ਪੈਸੇ ਜਾਂ ਕਿੱਥੋਂ ਨੂੰ ਕਿੱਥੇ ਇਨਵਰਟਰ ਹਾਂ ਠੀਕ ਹੈ ਮਸ਼ੀਨ ਦੇ ਕਹਤੀ ਉਹ ਤੋਂ ਨਹੀਂ ਲਿਆ ਸੀਗਾ
आड़ती तो 4 लाख रुपया लेके गया थी मेरे खाते चो लाई थी नाले लिखो 4 लाख रुपया लिखो बिच चार लिखे बस एक बेटी है बेबे दी चलो रहने दे कोई ना पेटी नहीं भाई ना पेटी मैं खोला ना पेटी संदू खोल देना गरीब गुरुपे ना लीड़े समान लेन पेटी चो कड़ी बेबे जी देता नहीं लीड़े बिना इतो बोलन बिना रहा नहीं ना जाता जो तीन लग रहा तेरा जरूरी होंगे बोलना बच्चा चल कोई नी तू लड़दार नहीं अग फूस फोन बैठी इतने पेटी का कुछ नहीं जी बस पेटी जमीन दी बैठे सारी पंचायत जिन्ना टाइम मैं जाऊंदा जागदा बैठा जमीन दे सी खुड नहीं पड़दे कट्ठी करोगे खेती रोटी जड़ी जमीन दिंदी है जे जमीन बंडती असीं ने असीं कित्थे जावांगे सारा निबड़ तिबड़ हो गया प्यार कल लड़ना नहीं है ठीक है ना आपो आपके घर दे तू कि जब्बल में मार दी सीगी थे आखिर जिम्मे जस्सा कर दूंगा मैं उम्मीद कर लूंगी है इन्हू की पता इन्हू की अकल मात होंगी बंदे नू मासी मैं जस्से सामने कदे नहीं बोली जिम्मे करूंगा बस ठीक हाँ ठीक की करूंगा मेरी गल सुन थोड़ी बुढ़ी का पुराना संदूक के पेटी की पिया करे संदूक हाँ तो उहदे विचों की पता किन्ना कुछ निकलना हुण तां पुराना सियाउना चांदी मिलदी नहीं लै मासी उहदे च की होना खेस होने बिस्तरे होने होर की होना उहदे च लै खेस बिस्तरे तू उहनां नूं ही जाणदी आ पुरानिया खड्डिया ते हथी बुने वे आहो हुण तां 5-5 हज़ार का खेस मिलदा का अकल नूं हथ मार भुर खला आहो जिहड़ा कुछ निकलदा अद्ध अद्ध कर लो मैं तां कहिंदी सारा ही आपदे हथे हेठा कर ला मासी मैं नहीं जस्सी अगे बोलदी जो जस्सा फैसला करूगा ठीक है जस्से दे टूए ते चढ़ी रहे उहनूं की पता हुण तां उही नहीं अकल बात हुण तां मैनूं नहीं बोलने दित्ता मैं हले बथेरा कुछ कहना सीगा उत्थे बथेरी गल्लां पंचायत मूहरे करनिया सीगियां मेरे तां तुसीं उही मूँह बंद कराता मैं तां उही 2 मिंट चुप रहिंदी उत्थे तुसीं मेरे मूँह जमा चेपी ला के रखती कर लो जिवें हुंदा वा तां उजड़ जूआ ते पिंड चुला बग गया चुला जसे ठीक है सिलेंडर ही देखनी आ गया
ਕਿਉਂ ਆ ਬਾਲਟੀ ਇਹ ਵੀ ਇਧਰ ਹੈ ਆ ਭਈਏ ਬਾਲਟੀ ਇਧਰਲੀ ਤਾਂ ਇਹ ਜੱਸੇ ਦੀ ਬਾਲਟੀ ਜੱਸੇ ਗਣੀ ਆ ਗਿਆ ਸਟੀਲ ਦੀ ਇਧਰ ਕਰ ਲੈ ਹਾਂ ਆ ਤਬਾ ਤਬਾ ਇਹਨਾਂ ਗਣੀ ਵਾ ਗਿਆ ਬਾਈ ਤੇ ਹੁਣ ਚਮਚੇ ਵੰਡ ਲੈ ਗਿਣਲਾ ਗਿਣਾ ਵੰਡ ਦੇ ਚਮਚੇ ਗਿਣ 2 3 4 5 6 ਆ ਚਮਚਾ ਇੱਕ ਵੱਧ ਗਿਆ ਹੈ ਚਮਚਾ ਇੱਕ ਵੱਧ ਗਿਆ ਆਗੂ ਗਣੀ ਪਾ ਦੇ ਇੱਕ ਚਮਚਾ ਵੱਧ ਤੈਂ ਕੱਢ ਕੇ ਪੂੜਿਆਂ 'ਚ ਲੈਣਾ ਵਿੱਚੋਂ ਚੱਲ ਚੱਕ ਆ ਟਰਾਲੀ ਚ ਖੜਾ ਚਲ ਆ ਜਾ ਇਹਨੂੰ ਹੱਥ ਪਵਾ ਆ ਲੈ ਇਹਦੇ ਕੋਲ ਨਹੀਂ ਕਰਦੇ ਆ ਚਲ ਇਹ ਤਾਂ ਹੋ ਗਿਆ ਘਰ ਦੇ ਇਹਨਾਂ ਨੂੰ ਪਰਾਂ ਯਾਰ ਮੈਂ ਸਿਲੰਡਰ ਚੱਕ ਲੈਣਾ ਤਾਂ ਉਹ ਢਿੱਲੇ ਹਾਂ ਆ ਟਰੈਕਟਰ ਆਪਾਂ ਜਦੋਂ ਜੱਸਾ ਟਰੈਕਟਰ ਚਲਾਉਣ ਸਿੱਖਿਆ ਜੀ ਮੈਂ ਲਿਆ ਕਹਿਤਾ ਜੀ ਇਹ ਮੈਂ ਉੱਧਰ ਲੈ ਕੇ ਜਾਊਂਗਾ ਲੈ ਜਾ ਅੱਖਾਂ ਨੂੰ ਦੇ ਦਾਂਗੇ ਇੱਧਰ ਰੱਖ ਦੇ ਜਿਹੜੇ ਪਾਸੇ ਰੱਖ ਲਾਂਗੇ ਆਪਣੇ ਵਾਲੇ ਪਾਸੇ ਹਾਂ ਲੈ ਚੱਕ ਫਿਰ ਸਿਲੰਡਰ ਇਹ ਬਦਲੇ ਮੈਨੂੰ ਢੋਲ ਦਿੱਤਾ ਦਾਣਿਆਂ ਦਾ ਅੱਗਾ ਅੱਗਾ ਲੈ ਅਸੀਂ ਫਿਰ ਰੱਖ ਦਈਏ ਟਰਾਲੀ ਜਾ ਸਮਾਨ ਜਾ ਹੈ ਲੈ ਚੱਲ ਚਲੇ ਸੀ ਰੱਖ ਲਾ ਕੋਈ ਨਾ ਟਰਾਲੀ 'ਚ ਰੱਖ ਦਿਆ ਫੇਰ ਭੁੱਲ ਜਾ ਕੇ